ਵਾਹਿਗੁਰੂ ਵਾਹਿਗੁਰੂ ਭਾਈ ਮਹਿੰਦਰ ਸਿੰਘ ਜੀ ਨੂੰ ਹਰ ਰੋਜ਼ ਸਤਿ ਮਿਲਣਾ ਇਹਨਾਂ ਦਿਨਾਂ ਦੀ ਹੀ ਹੱਦ ਬੀਤੀ ਘਟਨਾ ਭਾਈ ਮਹਿੰਦਰ ਸਿੰਘ ਜੀ ਜੋ ਕਿ ਬਾਬਾ ਜੀ ਦੀ ਜੀਪ ਦੇ ਡਰਾਈਵਰ ਵੀ ਰਹੇ ਉਹਨਾਂ ਨੇ ਦੱਸੀ ਇਸ ਤੋਂ ਪਹਿਲਾਂ ਭਾਈ ਮਹਿੰਦਰ ਸਿੰਘ ਹੋਰਾਂ ਬਾਰੇ ਥੋੜਾ ਦੱਸ ਦਈਏ ਆਪ ਦਾ ਨਗਰ ਲੋਹਾਰਲੀ ਜ਼ਿਲ੍ਹਾ ਊਨਾ ਪਿਤਾ ਦਾ ਨਾਮ ਰੋਡਾ ਰਾਮ ਸਿੰਘ ਮਹਿੰਦਰ ਸਿੰਘ ਛੁੱਟੀ ਆਜੂ ਵਿੱਚ ਹੀ ਪਿੰਡ ਮਾਛੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਗੁਰਨਾਮ ਸਿੰਘ ਜੀ ਦੇ ਪਾਸ ਆ ਗਏ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਤਰ੍ਹਾਂ ਮਹਿੰਦਰ ਸਿੰਘ ਦੀ ਪਰਵਰਿਸ਼ ਕੀਤੀ ਅਤੇ ਗੜਦੀwala ਹਾਈ ਸਕੂਲ ਅਤੇ ਕਾਲਜ ਵਿੱਚ ਬੀਏ ਤੱਕ ਵਿੱਦਿਆ ਦਵਾਈ ਮਹਿੰਦਰ ਸਿੰਘ ਨੇ ਵਿਸ਼ਾ ਗੁਰਨਾਮ ਸਿੰਘ ਜੀ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੁਰਮਾਸ਼ੀਆਂ ਨੂੰ ਆਪਣੇ ਮਾਤਾ ਪਿਤਾ ਜਾਣ ਕੇ ਪੂਰੀ ਸੇਵਾ ਕੀਤੀ ਤੇ ਕਰ ਰਹੇ ਹਨ ਆਪ ਜੀ ਨੂੰ ਬਾਬਾ ਜੀ ਦੀ ਸੰਗਤ ਕਰਨ ਕਰਕੇ ਗੁਰਸਿੱਖੀ ਪ੍ਰਾਪਤ ਹੋਈ ਵਿਦਿਆ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਬਾਬਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਤੇ ਨਾਲ ਨਾਲ ਹੀ 4-5 ਸਾਲ ਜੀਪ ਚਲਾਉਣ ਦੀ ਸੇਵਾ ਵੀ ਕੀਤੀ ਵਿਆਹ ਹੋਣ ਉਪਰੰਤ ਅੱਜ ਕੱਲ ਆਪ ਜੀ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲ ਅਵੇਖੇ ਕਲਰਕ ਦੀ ਅਸਾਮੀ ਤੇ ਕੰਮ ਕਰ ਰਹੇ ਹਨ ਅਤੇ ਨਾਲੋਂ ਨਾਲ ਗੁਰੂ ਘਰ ਦੀ ਪੂਰੀ ਪੂਰੀ ਸੇਵਾ ਕਰਦੇ ਹੋਏ ਵੀ ਲਾਹਾ ਲੈ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ ਆਪ ਦੀ ਸੰਗਤ ਨਾਲ ਬਹੁਤ ਪ੍ਰੇਮੀਆਂ ਨੂੰ ਗੁਰਮਤਿ ਲਾਗ ਲੱਗੀ ਅਤੇ ਬਹੁਤ ਸਾਰੇ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਗੁਰਸ਼ਖ ਮੀਤ ਚਲੋ ਗੁਰਚਾਲੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਸੋ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਉਹ ਬਾਬਾ ਜੀ ਦੀ ਜੀਪ ਦੇ ਡਰਾਈਵਰ ਸਨ ਬਾਬਾ ਜੀ ਨੇ ਕਿਸੇ ਕੰਮ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣਾ ਸੀ ਸੋ ਗੁਫਾ ਵਿੱਚ ਇੱਕ ਬਹੁਤ ਭਾਰੀ ਪਨੀਰ ਸੱਪ ਆਵੜਿਆ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ 2-4 ਹੋਰ ਪ੍ਰੇਮੀ ਉਸ ਸੱਪ ਨੂੰ ਮਾਰਨ ਦਾ ਯਤਨ ਕਰ ਰਹੇ ਸਨ ਗੁਫਾ ਵਿੱਚ ਹਨੇਰਾ ਸੀ ਸੱਪ ਕਾਫੀ ਵੱਡਾ ਤੇ ਖਤਰਨਾਕ ਹੋਣ ਕਾਰਨ ਗੁਫਾ ਅੰਦਰ ਵੜਨ ਦਾ ਕੋਈ ਵੀ ਹਿਆ ਨਹੀਂ ਸੀ ਕਰਦਾ ਸਾਰਿਆਂ ਨੇ ਸਲਾਹ ਬਣਾਈ ਕਿ ਗੈਸ ਜਗਾ ਕੇ ਲੋ ਦਾ ਪ੍ਰਬੰਧ ਕਰ ਲਿਆ ਜਾਵੇ ਇੱਕ ਪ੍ਰੇਮੀ ਗੈਸ ਜਗਾ ਕੇ ਲੈ ਆਇਆ 2-3 ਸੇਵਾਦਾਰਾਂ ਨੇ ਬਿਜਲੀ ਦੀਆਂ ਤਾਰਾਂ ਮੋਹਰਿਓ ਨੰਗੀਆਂ ਕਰਕੇ ਲੰਬੇ ਬਾਸ ਨਾਲ ਬੰਨ ਕੇ ਲੈ ਆਂਦੀਆਂ ਤਾਂ ਜੋ ਦੂਰੋਂ ਹੀ ਸੱਪ ਨੂੰ ਬਿਜਲੀ ਦਾ ਕਰੰਟ ਲਾ ਕੇ ਮਾਰ ਦਿੱਤਾ ਜਾਵੇ ਜਗਦਾ ਗੈਸ ਗੁਫਾ ਅੰਦਰ ਲੱਕੜ ਵਿੱਚ ੜਾ ਕੇ ਰੱਖ ਦਿੱਤਾ ਉਧਰ ਬਿਜਲੀ ਦੇ ਪਲੱਗ ਵਿੱਚ ਤਾਰਾਂ ਲਾ ਕੇ ਇੱਕ ਪ੍ਰੇਮੀ ਨੇ ਸੱਪ ਨੂੰ ਕਰੰਟ ਲਾਇਆ ਜਿਉਂ ਹੀ ਸੱਪ ਨੂੰ ਕਰੰਟ ਲੱਗਾ ਤਾਂ ਉਸ ਨੇ ਐਨੇ ਜ਼ੋਰ ਦੀ ਫੁੰਕਾਰਾ ਮਾਰਿਆ ਕਿ ਗੈਸ ਬੁੱਝ ਗਿਆ ਸਾਰੇ ਪ੍ਰੇਮੀ ਡਰ ਕੇ ਪਹਿ ਪੀਤ ਹੋ ਗਏ ਮਹਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਹਟ ਜਾਓ ਮੈਂ ਇਸ ਨੂੰ ਮਾਰਦਾ ਹਾਂ ਇੱਕ ਬੋਰੀ ਲੈ ਕੇ ਮਿੱਟੀ ਦੇ ਤੇਲ ਨਾਲ ਭਿਉ ਲਈ ਉਸ ਨੂੰ ਬਾਸ ਉੱਪਰ ਰੱਖ ਕੇ ਅੱਗ ਲਾ ਲਈ ਅਤੇ ਅੱਗ ਨਾਲ ਸੜਦੀ ਬੋਰੀ ਮਹਿੰਦਰ ਸਿੰਘ ਨੇ ਸੱਪ ਦੇ ਉੱਪਰ ਸੇਟ ਦਿੱਤੀ ਜਿਸ ਨਾਲ ਸੱਪ ਸੜ ਕੇ ਮਰ ਗਿਆ। ਸ਼ਾਮ ਨੂੰ ਜਦੋਂ ਬਾਬਾ ਜੀ ਵਾਪਸ ਆਏ ਤਾਂ ਸੰਗਤ ਨੇ ਸੱਪ ਮਾਰਨ ਦੀ ਸਾਰੀ ਵਿਥਿਆ ਬਾਬਾ ਜੀ ਨੂੰ ਦੱਸੀ। ਬਾਬਾ ਜੀ ਸਾਰੀ ਸੰਗਤ ਨੂੰ ਬਹੁਤ ਗੁੱਸੇ ਹੋਏ ਖਾਸ ਕਰਕੇ ਮਹਿੰਦਰ ਸਿੰਘ ਨੂੰ ਕੋਲ ਸੱਦ ਕੇ ਕਹਿਣ ਲੱਗੇ ਕਿ ਤੂੰ ਬਹੁਤ ਮਾੜਾ ਕੰਮ ਕੀਤਾ ਹੈ। ਜੇ ਭਲਾ ਸੱਪ ਗੁਫਾ ਵਿੱਚ ਬਾੜ ਹੀ ਗਿਆ ਸੀ ਉਸ ਨੂੰ ਉੱਥੇ ਰਹਿਣ ਦਿੰਦੇ। ਮੈਂ ਕਿਹੜਾ ਵਿਦੇਸ਼ ਚਲਾ ਗਿਆ ਸੀ ਆ ਹੀ ਜਾਣਾ ਸੀ। ਕੋਈ ਵੀ ਇਹੋ ਜਿਹਾ ਕੰਮ ਕਰਨਾ ਹੋਵੇ ਤਾਂ ਪੁੱਛ ਕੇ ਕਰੀਦਾ। ਬਾਬਾ ਜੀ ਥੋੜੀ ਦੇਰ ਚੁੱਪ ਰਹੇ ਫਿਰ ਕਹਿਣ ਲੱਗੇ अच्छा जो ਹੋਣਾ ਸੀ ਸੋ ਹੋ ਗਿਆ ਅਗਾਹ ਖਿਆਲ ਰੱਖਣਾ ਮਹਿੰਦਰ ਸਿੰਘ ਜੀ ਦੱਸਦੇ ਹੁੰਦੇ ਹਨ ਕਿ ਉਸ ਤੋਂ ਬਾਅਦ ਮੈਂ ਜਦੋਂ ਵੀ ਗੁਰਦੁਆਰਾ ਸਾਹਿਬ ਤੋਂ ਪਿੰਡ ਜਾਣਾ ਤਾਂ ਹਰ ਰੋਜ਼ ਰਸਤੇ ਵਿੱਚ ਸੱਪ ਮਿਲਣਾ ਲਗਾਤਾਰ 3-4 ਦਿਨ ਜਦੋਂ ਇਸੇ ਤਰ੍ਹਾਂ ਹੋਇਆ ਤਾਂ ਬਾਬਾ ਜੀ પાસે ਉਹਨਾਂ ਬੇਨਤੀ ਕੀਤੀ ਕਿ ਮੈਨੂੰ ਤਾਂ ਜੀ ਹਰ ਰੋਜ਼ ਸੱਪ ਮਿਲਦਾ ਬਾਬਾ ਜੀ ਨੇ ਹੁਕਮ ਕੀਤਾ ਕਿ 21 ਦਿਨ ਮੂਲ ਮੰਤਰ ਦੀਆਂ ਦੋ ਮਾਲਾ ਸਵੇਰੇ ਸ਼ਾਮੀ ਕਰਕੇ ਪ੍ਰੇਮ ਨਾਲ ਸਤਿਗੁਰੂ ਜੀ ਪਾਸੋਂ ਅਰਦਾਸ ਰੂਪ ਵਿੱਚ ਖਿਮਾ ਮੰਗ ਸਾਦੀ ਤੇਰਾ ਖਹਿਣਾ ਛੱਡਣਗੇ ਜਿਸ ਦਿਨ ਮਾਲਾ ਪੂਰੀਆਂ ਹੋ ਜਾਣ ਤਦ ਕੜਾ ਪ੍ਰਸ਼ਾਦੀ ਦੇਗ ਬਣਾ ਸਵਾਰ ਭਈਆ ਸਤਿਗੁਰੂ ਜੀ ਦੀ ਗੋਲ ਵਿੱਚ ਗੋਲਕ ਵਿੱਚ ਪਾ ਕੇ ਅਰਦਾਸ ਕਰਾਈ ਸੋ ਭਾਈ ਮਹਿੰਦਰ ਸਿੰਘ ਜੀ ਨੇ ਜਿਸ ਦਿਨ ਮੂਲ ਮੰਤਰ ਦਾ ਜਾਪ ਆਰੰਭ ਕੀਤਾ ਉਸ ਦਿਨ ਤੋਂ ਹੀ ਮੁੜ ਸੱਪਨਾ ਮਿਲਿਆ ਤੇ ਸਾਰਾ ਨਿਜਮ ਪੂਰਾ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੇਖ ਕੇ ਤਿਆਰ ਕਰਕੇ ਅਰਦਾਸ ਕਰਵਾਈ ਅਤੇ ਪਛਤਾਵਾ ਕਰਕੇ ਮਾਫੀ ਮੰਗੀ